ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਜੇ ਮੈਨਪਾਵਰ ਦੀ ਸ਼ਾਰਟੇਜ ਹੈ ਤਾਂ ਉਹ ਕੈਨੇਡਾ ਦੇ ਵਿੱਚ ਹੈ। ਕੈਨੇਡਾ ਦੇ ਵਿੱਚ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇੰਨੀ ਜ਼ਿਆਦਾ ਕੰਮਿਆਂ ਦੀ ਲੋਡ ਕਦੀ ਨਹੀਂ ਸੀਗੀ ਜਿੰਨੀ ਅੱਜ ਦੀ ਰੇਟ 'ਚ ਹੈ। ਕੋਈ ਕੰਟਰੀ ਦੀ ਇਕਨੋਮੀ ਵੱਧਦੀ ਪਈ ਹੈ, ਕਾਰੋਬਾਰ ਵੱਧਦੇ ਪਏ ਹੈ, ਕੰਮਿਆਂ ਦੀ ਬਹੁਤ ਜ਼ਿਆਦਾ ਲੋੜ ਹੈ। ਜੇਕਰ ਤੁਸੀਂ ਸਟੂਡੈਂਟ ਵੀਜ਼ਾ ਤੇ ਜਾਂਦੇ ਜੇ ਤੁਹਾਨੂੰ ਕੰਮ ਕਰਨ ਦਾ ਅਧਿਕਾਰ ਮਿਲਦਾ ਹੈ, ਤੁਸੀਂ ਕੰਮ ਕਰਕੇ ਕਾਨੂੰ ਪੱਕੇ ਵੀ ਹੋ ਸਕਦੇ ਹੋ। ਅਧਿਰੁਜ਼ਗਾਰ ਵਾਸਤੇ ਸਾਡੇ ਮੁਲਕ ਚੋਂ ਲੋਕ ਬਾਹਰ ਜਾਂਦੇ ਨੇ ਜੇ ਤੁਹਾਡਾ ਵੀ ਬੱਚਾ ਬਾਹਰ ਜਾਣਾ ਚਾਹੁੰਦਾ ਹੈ ਜਾਂ ਤੁਸੀਂ ਬੱਚੇ ਨੂੰ ਸੈੱਟ ਕਰਨਾ ਚਾਹੁੰਦੇ ਹੋ ਇੱਕ ਜ਼ਿੰਮੇਵਾਰ ਮਾਪੇ ਬਣਨਾ ਚਾਹੁੰਦੇ ਹੋ ਬੱਚੇ ਦੀ ਜ਼ਿੰਮੇਵਾਰੀ ਹੈ ਤੁਹਾਡੇ ਸਿਰ ਤੇ ਤਾਂ ਬੱਚੇ ਨੂੰ ਕੈਨੇਡਾ ਭੇਜ ਕੇ ਤੁਸੀਂ ਇਹ ਜ਼ਿੰਮੇਵਾਰੀ ਅਦਾ ਕਰ ਸਕਦੇ ਹੋ ਅਕਸਰ ਦੇਖਿਆ ਜਾਂਦਾ ਹੈ ਜਿਹੜੇ ਬੱਚਿਆਂ ਨੇ ਵੀਜ਼ੇ ਅਪਲਾਈ ਕਰਨੇ ਹੁੰਦੇ ਆ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਉਹ ਵੀਜ਼ਾ ਰਿਫਿਊਜ਼ ਹੋ ਜਾਂਦੇ ਆ ਸਾਡੇ ਕੋਲ ਇੱਕ ਐਕਸਪਰਟ ਟੀਮ ਹੈ ਜਿਹਦੇ ਸਦਕਾ ਅਸੀਂ ਰਿਫਿਊਜ਼ਲ ਵਾਲੇ ਬੱਚਿਆਂ ਦੇ ਵੀ ਵੀਜ਼ੇ ਲਵਾ ਲੈਨੇ ਆ ਜਿੱਕਰ ਤੁਹਾਡਾ 2-4-5 ਵਾਰੀ ਰਿਫਿਊਜ਼ ਵੀ ਹੋਇਆ ਕਿ ਤੁਸੀਂ ਘਬਰਾਣਾ ਨਹੀਂ ਹੈ ਸਾਡੇ ਨਾਲ ਆਪਦੀ ਫਾਈਲ ਡਿਸਕਸ ਕਰੋ ਇਥੇ ਐਮਬੈਸੀ ਦਾ ਪੈਰਾਮੀਟਰ ਹੈ ਵੀ ਹਰ ਵਾਰੀ ਕੁਝ ਨਾ ਕੁਝ ਨਵੀਂ ਚੀਜ਼ ਦੇ ਉੱਤੇ ਤੁਹਾਨੂੰ ਰਿਫਿਊਜ਼ ਲਿੱਤੀ ਜਾਂਦੀ ਹੈ ਜਦੋਂ ਅਸੀਂ ਐਜ਼ ਅ ਕੰਸਲਟੈਂਟ ਕੰਮ ਕਰਦੇ ਹਾਂ ਸਾਨੂੰ ਪਤਾ ਹੁੰਦਾ ਅੱਜ ਦੀ ਰੇਟ ਦੇ ਵਿੱਚ ਐਮਬੈਸੀ ਦੇ ਵੀਜ਼ਾ ਆਫੀਸਰ ਕਿਹੜੀਆਂ ਚੀਜ਼ਾਂ ਦੇਖ ਰਹੇ ਨੇ ਕਿੜੀਆਂ ਮੁੱਖ ਚੀਜ਼ਾਂ ਨੂੰ ਦੇਖ ਕੇ ਤੁਹਾਡਾ ਵੀਜ਼ਾ ਰਿਫਿਊਜ਼ ਕੀਤਾ ਗਿਆ ਔਰ ਕਿਹੜੀਆਂ ਚੀਜ਼ਾਂ ਦੇਖ ਕੇ ਵੀਜ਼ਾ ਦਿੱਤਾ ਜਾਏਗਾ ਇਹਨਾਂ ਚੀਜ਼ਾਂ ਦੀ ਸਾਨੂੰ ਨੌਲੇਜ ਹੁੰਦੀ ਹੈ ਤੁਸੀਂ ਇੱਕ ਜ਼ਿੰਮੇਵਾਰ ਮਾਪਾ-ਮਾਪੋ ਹੋ ਤੁਹਾਡਾ ਬੱਚਾ 11ਵੀਂ ਜਾਂ 12ਵੀਂ ਚ ਪੜ੍ਹਦਾ ਪਿਆ ਵਾ ਤੁਹਾਡੇ ਕੋਲ ਇੱਥੇ ਬੱਚਾ ਸੈੱਟ ਨਹੀਂ ਕਰ ਹੋਣਾ ਕਿਉਂਕਿ ਹਰ ਰੋਜ਼ ਆਬਾਦੀ ਵਾਧੀ ਪਈ ਐ ਰੁਜ਼ਗਾਰ ਦੇ ਸਾਧਨ ਘਟਦੇ ਪਈ ਐ ਗਰੀਬੀ ਵੀ ਵਾਧੀ ਪਈ ਐ ਨਾਲ ਦੀ ਨਾਲ ਬੇਰੁਜ਼ਗਾਰੀ ਵਾਧੀ ਪਈ ਐ ਇਹਨਾਂ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਇਹ ਐ ਕਿ ਸਾਡੇ ਕੋਲ ਕੋਈ ਕਾਰੋਬਾਰ ਹੋਣ ਸਾਨੂੰ ਨੌਕਰੀਆਂ ਮਿਲਣ ਜਦੇ ਨਾਲ ਸਾਡੇ ਘਰ ਦਾ ਰਾਸ਼ਨ ਪਾਣੀ ਵਧੀਆ ਚੱਲੇ ਮਾਪਾ ਪਰ ਕੋਈ ਚਾਹਦਾ ਉਹਦਾ ਬੱਚਾ ਖੁਸ਼ਹਾਲ ਹੋਵੇ ਰਸਤਾ ਨਹੀਂ ਮਿਲਦਾ ਕਿਸ ਤਾ ਬੜਾ ਵਧੀਆ ਵਾ ਤੁਸੀਂ ਬੱਚੇ ਨੂੰ ਪੜ੍ਹਨ ਲਈ ਭੇਜ ਸਕਦੇ ਜੇ ਤੁਸੀਂ ਬੱਚੇ ਨੂੰ ਕੈਨੇਡਾ ਭੇਜਣਾ ਹੈ ਤੁਹਾਡਾ ਬਜਟ ਘੱਟ ਹੈ ਸਾਡੇ ਨਾਲ ਆ ਕੇ ਡਿਸਕਸ ਕਰੋ ਕਾਲਜ ਦੀ ਫੀਸ 5-7000 ਡਾਲਰ ਤੋਂ ਸ਼ੁਰੂ ਹੋ ਜਾਂਦੀ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ 20 ਲੱਖ ਰੁਪਏ ਨਾਲ ਹੀ ਆਪ ਦਾ ਬੱਚਾ ਕੈਨੇਡਾ ਭੇਜਣਾ ਹੈ ਤੁਹਾਡਾ ਬੱਚਾ 4-5 ਲੱਖ ਰੁਪਏ ਨਾਲ ਵੀ ਕੈਨੇਡਾ ਜਾ ਸਕਦਾ ਅਸੀਂ ਉਹਨਾਂ ਸਾਰੇ ਗਰੀਬ ਪਰਿਵਾਰਾਂ ਦੇ ਨਾਲ ਆ ਜਿਨ੍ਹਾਂ ਦੇ ਕੋਲ ਪੈਸਿਆਂ ਦੀ ਪ੍ਰੋਬਲਮ ਹੈ ਅਕਸਰ ਦੇਖਿਆ ਜਾਂਦਾ ਜਦੋਂ ਕਿਸੇ ਨੇ ਬਾਹਰ ਜਾਣਾ ਹੈ 100000 ਰੁਪਏ ਚਾਹੀਦਾ ਹੁੰਦਾ ਔਰ ਹਰ ਮਾਪਾ-ਬਾਪ ਦੇ ਕੋਲੇ ਪੈਸੇ ਨਹੀਂ ਹੁੰਦੇ ਇੱਕ ਲੋਕਾਂ ਨੂੰ ਬਹੁਤ ਬਹਿਮ ਹੈ ਕਿ ਐਸਡੀਐਸ ਚ ਵੀਜ਼ਾ ਆਂਦਾ ਸਾਲ ਦੀ ਫੀਸ ਭਰੋ ਜੀਏਸੀ ਭਰੋ ਬਹੁਤ ਸਾਰੇ ਹੋਰ ਤਰੀਕੇ ਵੀ ਆ ਢੰਗ ਵੀ ਆ ਜਿਹਦੇ ਵਿੱਚ ਅਸੀਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਭੇਜਦੇ ਆ ਜਿਨ੍ਹਾਂ ਦੇ ਕੋਲ ਪੈਸਿਆਂ ਦੀ ਕਮੀ ਹੁੰਦੀ ਆ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਨੇ ਆ 4-5 ਲੱਖ ਰੁਪਏ ਦੇ ਵਿੱਚ ਵੀ ਤੁਹਾਡਾ ਬੱਚਾ ਕੈਨੇਡਾ ਜਾ ਸਕਦਾ ਉਹ ਪਣਪਰਾ ਜਿਨ੍ਹਾਂ ਨੂੰ ਪੜ੍ਹਾਈ ਛੱਡਿਆ 10-15 20 ਸਾਲ ਹੋ ਗਏ ਜੀ ਹਾਂ 20 ਸਾਲ ਹੋ ਗਏ ਤੁਹਾਨੂੰ ਪੜ੍ਹਾਈ ਛੱਡਿਆ ਹੋਇਆ ਤੁਸੀਂ ਕਿਸੇ ਸਰਕਾਰੀ ਨੌਕਰੀ ਤੇ ਹੋ ਜਾਂ ਪ੍ਰਾਈਵੇਟ ادارے ਚ ਕੰਮ ਕਰਦੇ ਹੋ ਪਰ ਪਿਛਲੇ 15-20 ਸਾਲ ਤੋਂ ਨੌਕਰੀ ਕਰ ਰਹੇ ਹੋ ਹੁਣ ਤੁਹਾਡੀ ਨੌਕਰੀ ਨੂੰ ਜਵਾਬ ਦੇ ਦਿੱਤਾ ਗਿਆ ਜਾਂ ਤੁਹਾਡੀ ਤਨਖਾਹ ਘਟ ਗਈ ਹੈ ਜਾਂ ਤੁਹਾਡਾ ਕਾਰੋਬਾਰ ਬੰਦ ਹੋ ਗਿਆ ਤੁਸੀਂ 20 ਸਾਲ ਦੇ ਗੈਪ ਤੋਂ ਬਾਅਦ ਵੀ ਪੜਨ ਜਾ ਸਕਦੇ ਹੋ ਸਾਨੂੰ ਸਿਰਫ ਆਇਲਸ ਦਾ ਸਕੋਰ ਚਾਹੀਦਾ ਤੁਹਾਡੇ ਕੋਲ ਤੁਸੀਂ ਆਇਲਸ ਪੀਟੀ ਚ 6.5-7 ਬੈਂਡ ਲੈ ਸਕਦੇ ਹੋ 20 ਸਾਲ ਦੇ ਗੈਪ ਦੇ ਨਾਲ ਵੀ ਤੁਹਾਡਾ ਵੀਜ਼ਾ ਲਿੱਤਾ ਜਾ ਸਕਦਾ ਇੱਕ ਢੰਗ ਨਹੀਂ ਹੈਗਾ ਕਈ ਤਰੀਕੇ ਨੇ ਤੁਹਾਡੇ ਬੱਚੇ ਛੋਟੇ ਨੇ ਤੁਸੀਂ ਖੁਦ ਜਾਓ ਤੁਹਾਡੇ ਬੱਚੇ ਨਾਲ ਚੱਲ ਜਾਣਗੇ ਤੁਸੀਂ ਪੂਰਾ ਪਰਿਵਾਰ ਵੀ ਸਟੂਡੈਂਟ ਵੀਜ਼ਾ ਤੇ ਮੂਵ ਕਰ ਸਕਦੇ ਹੋ ਤੁਹਾਡਾ ਕੋਈ ਜੀਵਨ ਸਾਥੀ ਉੱਥੇ ਰਹਿੰਦਾ ਵਾ ਤੁਸੀਂ ਉਹਨੂੰ ਮਿਲਣ ਵਾਸਤੇ ਜਾਣਾ ਤੁਸੀਂ ਓਪਨ ਵਰਕ ਪਰਮਿਟ ਤੇ ਜਾ ਸਕਦੇ ਹੋ ਕੋਈ ਰਿਸ਼ਤੇਦਾਰ ਭੈਣ ਭਰਾ ਰਹਿੰਦਾ ਵਾ ਤੁਸੀਂ ਸਟੂਡੈਂਟ ਵੀਜ਼ਾ ਟੂਰਿਸਟ ਵੀਜ਼ਾ ਕਿਸੇ ਵੀ ਤਰ੍ਹਾਂ ਦਾ ਕੋਈ ਵੀਜ਼ਾ ਲੈ ਕੇ ਵੀ ਜਾ ਸਕਦੇ ਹੋ ਅੱਜ ਲੋੜ ਹੈਗੀ ਹੈ ਇਨੀਸ਼ੀਏਟਿਵ ਦੀ ਸੰਘਰਸ਼ਾ ਇੱਕ ਵਾਰੀ ਨਿਕਲਣਾ ਪੈਣਾ ਹੈ ਇਥੋਂ ਜੇਕਰ ਤੁਹਾਡਾ ਵੀ ਮਨ ਹੈਗਾ ਆਪਦੇ ਬੱਚੇ ਨੂੰ ਬਾਹਰ ਸੈੱਟ ਕਰਨ ਦਾ ਤਾਂ ਸਾਨੂੰ ਇਸ ਵੀਡੀਓ ਦੇ ਨਾਲ ਨੰਬਰ ਦਿੱਤਾ ਗਿਆ ਉਸ ਨੰਬਰ ਤੇ ਕਾਲ ਕਰਕੇ ਮੈਨੂੰ ਮਿਲੋ ਆ ਕੇ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੁੰਦੀ ਜਦੋਂ ਅਸੀਂ ਕੰਮ ਕਰਨ ਤੇ ਆਨੇ ਆ ਜਿਹੜੇ ਲੋਕ ਰੋਜ਼ ਇੱਕੋ ਹੀ ਕੰਮ ਕਰਦੇ ਨੇ ਉਹਨਾਂ ਨੂੰ ਨੌਲੇਜ ਹੁੰਦੀ ਹੈ ਜੇ ਤੁਸੀਂ ਵੀ ਪਿਛਲੇ 15 ਸਾਲ ਤੋਂ ਕੋਈ ਕੰਮ ਕਰ ਰਹੇ ਹੋ ਮੈਂ ਇਸ ਚੀਜ਼ ਦੀ ਗਾਰੰਟੀ ਲੈਣਾ ਵੀ ਤੁਸੀਂ ਉਸ ਕੰਮ ਦੇ ਵਿੱਚ ਮਹਾਰਤ ਹਾਸਲ ਕਰ ਲਈ ਹੋਏਗੀ ਤੁਹਾਨੂੰ ਤੁਹਾਡੇ ਟ੍ਰੇਡ ਦੀ ਬਹੁਤ ਜ਼ਿਆਦਾ ਨੌਲੇਜ ਹੋਏਗੀ ਇੰਨਾ ਨਹੀਂ ਕੋਈ ਸਾਡੇ ਨਾਲ ਵੀ ਹੁੰਦਾ ਸਾਨੂੰ ਵੀ ਅੱਜ 15 ਸਾਲ ਹੋ ਗਏ ਆ ਕੰਮ ਕਰਦਿਆਂ ਹੋਇਆ ਹਜ਼ਾਰਾਂ ਹੀ ਬੱਚੇ ਅਸੀਂ ਭੇਜ ਚੁੱਕੇ ਆ ਕੋਈ ਵੀ ਜਾ ਸਕਦਾ ਤੁਹਾਡੇ ਨੰਬਰ ਘੱਟ ਨੇ ਘੱਟ ਨੰਬਰ ਵਾਲਾ ਕੋਰਸ ਲਿਤਾ ਜਾ ਸਕਦਾ 2 4 5 ਬਾਰੀ ਦੀ ਰਿਫਿਊਜ਼ਲ ਆ ਰਿਫਿਊਜ਼ਲ ਦਾ ਰੀਜ਼ਨ ਕਢਾ ਕੇ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤੁਹਾਡੀ ਉਹਦਾ ਹੱਲ ਕੱਢ ਕੇ ਦੇਾਂਗੇ ਸਾਨੂੰ ਮਿਲੋ ਆ ਕੇ ਸਾਨੂੰ ਆਪਦੀ ਪ੍ਰੋਬਲਮ ਦੱਸੋ ਕੀ ਕਮੀ ਹੈ ਤੁਹਾਨੂੰ ਤੁਹਾਡੇ ਅੰਦਰ ਲੱਗਦੀ ਹੈ ਮੰਡਾ ਆਇਲਸ ਦੇ ਵਿੱਚ 6 ਬੈਂਡ ਵਿੱਚ ਨਹੀਂ ਆਂਦੇ ਬੱਚਿਆਂ ਦੇ ਕੀ ਕਰਨ ਉਹ ਬੱਚੇ او ਪੀਟੀ ਦਾ ਪੇਪਰ ਦੇ ਦੇਣ ਜਾਂ ਕਿਸੇ ਯੂਨੀਵਰਸਿਟੀ ਚ ਅਪਲਾਈ ਕਰ ਲੈਣ ਜਾਂ ਅੰਗਰੇਜ਼ੀ ਪੜ੍ਹਨ ਦਾ ਵੀਜ਼ਾ ਅਪਲਾਈ ਕਰ ਲੈਣ ਉਹ ਬੱਚੇ ਜਿਨ੍ਹਾਂ ਕੋਲ ਆਇਲਸ ਹੁੰਦੀ ਨਹੀਂ ਉਹ ਲੋਕ ਕੀ ਕਰਨ ਉਹ ਐਸਐਕਸ1 ਵੀਜ਼ਾ ਅਪਲਾਈ ਕਰ ਲੈਣ ਕੋ ਟੂਰਿਸਟ ਵੀਜ਼ਾ ਲੈ ਲੈਣ ਕੋ ਵਿਜ਼ਟਰ ਵੀਜ਼ਾ ਲੈ ਲੈਣ ਕੋ ਐਲਐਮਆਈ ਵਾਲਾ ਵੀਜ਼ਾ ਲੈ ਲੈਣ ਕੋ ਟ੍ਰੇਨਿੰਗ ਦਾ ਵੀਜ਼ਾ ਲੈ ਲੈਣ ਹਰ ਇੱਕ ਚੀਜ਼ ਦਾ ਹੱਲ ਲਗਾਵਾ ਹੱਲ ਉਹਦੇ ਲਈ ਹੈ ਨਹੀਂ ਹੈਗਾ ਤੇਰਾ ਹੌਸਲਾ ਹਾਰ ਕੇ ਬਹਿ ਗਿਆ 2 4 5 ਵਾਰ ਵੀ ਰਿਫਿਊਜ਼ ਹੈ ਅਸੀਂ ਚੈਲੰਜ ਲਵਾਂਗੇ ਤੁਹਾਡੇ ਡ੍ਰੀਮ ਸਕਸੈਸ ਕਰਕੇ ਦੇਵਾਂਗੇ ਸੁਪਨੇ ਨੇ ਤੁਹਾਡੇ ਤੁਸੀਂ ਹਾਰ ਮੰਨ ਚੁੱਕੇ ਹੋ ਅਸੀਂ ਨਹੀਂ ਮੰਨਦੇ ਸਾਨੂੰ ਦਿਖਾਓ ਆਪਦੇ ਕਾਗਜ਼ ਆਪਣੇ ਲੋ ਅਸੀਂ ਸਾਰਾ ਜੋਰ ਲਾ ਦੇਵਾਂਗੇ ਤੁਹਾਨੂੰ ਤੁਹਾਡੀ ਮੰਜ਼ਲਾ ਤੱਕ ਪਹੁੰਚਾਉਂਦਾ ਅਸੀਂ ਚੈਲੰਜ ਲਵਾਂਗੇ ਇਹ ਵੀਡੀਓ ਚੰਗੀ ਲੱਗੀ ਜਰੂਰ ਸ਼ੇਅਰ ਕਰ ਦਿਓ ਆਪਦੇ ਕਿਸੇ ਦੋਸਤ ਭੈਣ ਭਰਾ ਨੂੰ ਜਿਹਦਾ ਵੀਜ਼ਾ ਰਿਫਿਊਜ਼ ਹੋਇਆ ਹੋਇਆ ਤਾਂ ਜੋ ਵੀ ਆਪਦੇ ਸੁਪਨੇ ਸਹਕਾਰ ਕਰ ਸਕੇ ਧੰਨਵਾਦ